ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਆਜ਼ਾਦ ਟੀਵੀ ਦੇ ਨਾਲ ਅਤੇ ਮੈਂ ਜੈਸਮੀਨ ਮੀਨੂ। ਦੋਸਤੋ, ਅੱਜ ਅਸੀਂ ਪਹੁੰਚੇ ਹੋਏ ਹਾਂ ਮੋਹਾਲੀ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਘੜੂਆਂ ਦੇ ਵਿੱਚ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਸਰਬਲੋਹ ਦੇ ਜਿਹੜੇ ਭਾਂਡੇ ਨੇ ਉਹ ਬਣਾਏ ਜਾਂਦੇ ਨੇ ਅਤੇ ਪੰਜਾਬ, ਭਾਰਤ ਅਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਵੱਸਦੇ ਨੇ, ਜਿੱਥੇ ਜਿੱਥੇ ਸਰਬਲੋਹ ਦੇ ਭਾਂਡੇ ਵਰਤੇ ਜਾਂਦੇ ਨੇ, ਇਸ ਪਿੰਡੋਂ ਬਣ ਕੇ ਜਾਂਦੇ ਨੇ। ਅਤੇ ਇਸ ਪਿੰਡ ਦੀ ਇਹ ਖਾਸੀਅਤ ਇਹ ਵੀ ਹੈ ਕਿ ਸਿੱਖ ਇਤਿਹਾਸ ਦੇ ਨਾਲ ਜਿਹੜਾ ਇਹ ਪਿੰਡ ਖਾਸ ਤੌਰ 'ਤੇ ਜੁੜਿਆ ਹੋਇਆ, ਸੱਤਵੀਂ ਪਾਤਸ਼ਾਹੀ ਅਤੇ ਨੌਵੀਂ ਪਾਤਸ਼ਾਹੀ ਜਿਹੜੇ ਗੁਰੂ ਸਾਹਿਬਾਨ ਸੀ ਉਹ ਉਹਨਾਂ ਦੀ ਚਰਨ ਛੋਹ ਪ੍ਰਾਪਤ ਜਿਹੜਾ ਇਹ ਪਿੰਡ ਹੈ। ਅਤੇ ਗੁਰੂ ਹਰ ਰਾਏ ਜੀ ਨੇ ਇਸ ਪਿੰਡ ਨੂੰ ਇਹ ਵਰਦਾਨ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਦੇ ਬਣੇ ਹੋਏ ਸਰਬਲੋਹ ਦੇ ਭਾਂਡੇ ਹੋਣਗੇ, ਉਹਨਾਂ ਦਾ ਮੁੱਲ ਜਿਹੜਾ ਉਹ ਚਾਂਦੀ ਅਤੇ ਸੋਨੇ ਦੇ ਭਾਅ ਜਿਹੜਾ ਵਿਕਣਗੇ, ਇੰਨਾ ਜ਼ਿਆਦਾ ਉਹਨਾਂ ਦਾ ਮੁੱਲ ਹੋਊਗਾ। ਸੋ ਇਹ ਇੱਥੋਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਰਬਲੋਹ ਦੇ ਭਾਂਡੇ ਬਣਾਉਂਦੇ ਨੇ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਹੀ ਇੱਕ ਜਿਹੜੀ ਦੁਕਾਨ ਹੈ ਜਿਨ੍ਹਾਂ ਦੀ, ਜਿੱਥੇ ਉਹ ਆਪਣੇ ਹੱਥੀਂ ਇਹ ਭਾਂਡੇ ਤਿਆਰ ਕਰਦੇ ਨੇ। ਕਿਵੇਂ ਭਾਂਡੇ ਤਿਆਰ ਹੁੰਦੇ ਨੇ, ਕਿੱਥੇ ਕਿੱਥੇ ਜਾਂਦੇ ਨੇ ਔਰ ਕੀ ਇਹਨਾਂ ਦੇ ਫਾਇਦੇ ਨੇ, ਸਾਰੀਆਂ ਗੱਲਾਂ ਕਰਾਂਗੇ, ਚੱਲਦੇ ਹਾਂ। ਸਰਦਾਰ ਦਲਜੀਤ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਜਿਹੜੇ ਸਰਬਲੋਹ ਦੇ ਭਾਂਡੇ ਨੇ ਇਹਨਾਂ ਦੀ ਕੀ ਮਹੱਤਤਾ ਹੈ, ਕੀ ਕੁਛ ਇਹ ਬਣਾਉਂਦੇ ਨੇ, ਇਸ ਪਿੰਡ ਦਾ ਇਤਿਹਾਸ ਕੀ ਆ। ਸਤਿ ਸ਼੍ਰੀ ਅਕਾਲ ਅੰਕਲ ਜੀ, ਕਿਵੇਂ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਡੇ ਇੱਥੇ ਆਏ ਜੀ। ਇਹ ਜਿਹੜਾ ਇਤਿਹਾਸ ਹੈ ਜੀ, ਸਰਬਲੋਹ ਦੇ ਬਰਤਨ ਬਣਦੇ ਆ ਜੀ। ਦੇਖੋ ਜੀ, ਪੁਰਾਣੇ ਸਮੇਂ ਤੋਂ ਸਾਰੇ ਪਿੰਡਾਂ ਵਿੱਚ ਜੀ, ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਜੀ, ਲੁਹਾਰ, ਤਖਾਣ, ਜਿਵੇਂ ਜਿਹੇ ਕੰਮ ਕਰਦੇ, ਜ਼ਿਮੀਂਦਾਰ ਜੀ ਸਾਡੇ ਜੀ, ਇੱਥੇ ਜ਼ਿਮੀਂਦਾਰ ਦਾ ਵੀ ਪਹਿਲਾਂ ਕੰਮ ਕਰਦੇ ਹੁੰਦੇ ਜੀ, ਮਿਸਤਰੀ। ਉੱਦਾਂ ਹੀ ਚਲੋ, ਕਿਸੇ ਟਾਈਮ ਇੱਥੇ ਗੁਰੂ ਸਾਹਿਬ ਦਾ ਚਰਨ ਪਏ ਜੀ, ਸੱਤਵੀਂ ਪਾਤਸ਼ਾਹੀ ਦੇ। ਮਤਲਬ ਪਿੰਡ ਦੇ ਲੋਕ ਵੀ ਜਾਂਦੇ ਦਰਸ਼ਨ ਮੇਲੇ ਕਰਨ ਜੀ, ਜਿਵੇਂ ਚਲੋ ਗੁਰੂ ਸਾਹਿਬ ਮਿਲ ਗਿਆ, ਇੱਥੇ ਮਿਸਤਰੀਆਂ ਦੇ ਵੀ ਕੰਮ ਕਰਦੇ ਆ ਜੀ, ਇਹ ਜਿਵੇਂ ਬਰਤਨ ਬਣਾਉਂਦੇ ਜੀ, ਉਹਨਾਂ ਨੇ ਕੋਈ ਬਰਤਨ ਬਣਾਇਆ, ਗੜਬਾ ਵਗੈਰਾ ਕੋਈ ਬਣਾਇਆ ਮਿਸਤਰੀਆਂ ਤੋਂ। ਹਾਂ ਜੀ, ਬਹੁਤ ਵਧੀਆ ਬਣਿਆ ਜੀ। ਇੱਥੇ ਹੁਣ ਵੀ ਪੁਰਾਣੇ ਟਾਈਮ ਸਾਡੇ ਪਾ ਗਾਗਰ ਪਈ ਹੈ ਜੀ, ਦਰਸ਼ਨ ਕਰ ਸਕਦੇ ਜੀ। ਅੱਛਾ, ਕਿੰਨੀ ਪੁਰਾਣੀ ਗਾਗਰ ਹੈ? ਉਹ ਤਾਂ ਵੈਸੇ ਸਾਡੇ 100 ਸਾਲ ਪੁਰਾਣੀ ਹੋਊਗੀ ਜੀ, ਜਿਹੜੇ ਬਜ਼ੁਰਗਾਂ ਦੀ ਬਣਾਈ, ਹੱਥੀਂ ਦਸਤ ਕਰੇ ਜੀ। ਹੁਣ ਤਾਂ ਵੈਸੇ ਤਕਨੀਕੀ ਉੱਦਾਂ ਮਸ਼ੀਨਰੀ ਵੀ ਵਰਤਦੇ ਵਿੱਚ, ਹੱਥੀਂ ਜਿਹੜਾ ਕੰਮ ਹੱਥੀਂ ਆਉਣਾ ਜੀ, ਉਹ ਜਿਹੜੀ ਸਫਾਈ ਲੋਹੇ ਦੀ ਉਹ ਸਾਰੀ ਹੱਥੀਂ ਆਉਂਦੀ ਜੀ ਉਹ। ਇਹ ਮਤਲਬ ਗੁਰੂ ਸਾਹਿਬ ਨੇ ਬਰਤਨ ਦੇਖ ਕੇ ਬਹੁਤ ਖੁਸ਼ ਹੋਏ ਜੀ, ਉਹ ਮਤਲਬ ਖੁਸ਼ ਹੋ ਸਾਡੇ, ਮੈਂ ਕਹਿੰਦੀ ਇਹ ਕੋਲਾਂ ਤੱਕ ਚੱਲਦਾ ਰਹੂਗਾ ਇਹ ਕੰਮ ਜੀ ਇਹ। ਮਤਲਬ ਸੱਤਵੀਂ ਪਾਤਸ਼ਾਹੀ ਦੀ ਬਖਸ਼ਿਸ਼ ਸੀ ਇਸ ਪਿੰਡ ਨੂੰ। ਹਾਂਜੀ, ਫਿਰ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਪਾਨ ਕਰਾਇਆ ਜੀ, ਜਦੋਂ ਅਨੰਦਪੁਰ ਸਾਹਿਬ ਜੀ, ਫਿਰ ਖੰਡਾ ਬਾਟਾ ਜੋ ਤਿਆਰ ਕਰਾਇਆ ਮਿਸਤਰੀਆਂ ਤੋਂ। ਹਾਂ, ਸਭ ਤੋਂ ਪਹਿਲਾਂ ਹੁਣ ਅੱਜ ਵੀ ਜਦੋਂ ਵੀ ਕੋਈ ਜਥੇਬੰਦੀ ਅੰਮ੍ਰਿਤ ਪਾਨ ਕਰਾਉਂਦੀ ਹੈ, ਸਰਬਲੋਹ ਦਾ ਖੰਡਾ ਬਾਟਾ ਘੜੂਏ ਤੋਂ ਬਣਿਆ ਪਈ ਹੁੰਦੇ ਜੀ। ਮਤਲਬ ਜਿਹੜੇ ਬਹੁਤ ਸਾਰੇ ਧਾਰਮਿਕ ਸਥਾਨ ਨੇ, ਉੱਥੋਂ ਦੀਆਂ ਜਿਹੜੀਆਂ ਸੰਗਤਾਂ ਜਦੋਂ ਅੰਮ੍ਰਿਤ ਪਾਨ ਕਰਦੀਆਂ ਨੇ ਤਾਂ ਇੱਥੋਂ ਦੇ ਬਰਤਨ ਜ਼ਿਆਦਾ ਬਰਤਨ ਜ਼ਿਆਦਾ ਜਾਂਦੇ। ਹਾਂ, ਸਿੱਖ ਪੰਥ ਵੀ ਜਥੇਬੰਦੀਆਂ ਵਿੱਚ ਸਰਬਲੋਹ ਦੇ ਬਰਤਨ ਜੋ ਵੀ, ਸਭ ਤੋਂ ਪਹਿਲਾਂ ਜਥੇਬੰਦੀਆਂ ਵਰਤੀਆਂ ਜੀ, ਉਹਨਾਂ ਨੂੰ ਜੋ ਵੀ ਉਹਨਾਂ ਨਾਲ ਜੁੜੇ ਹੋਏ ਜੀ ਲੋਕ ਜਥੇਬੰਦੀਆਂ ਗਏ ਜੀ, ਉਹ ਵੀ ਮਤਲਬ ਸਰਬਲੋਹ ਹੀ ਵਰਤਦੇ ਜੀ। ਹਾਂਜੀ, ਅਤੇ ਕਿੰਨਵੀਂ ਪੀੜ੍ਹੀ ਹੈਗੀ ਹੈ ਇਹ, ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ? ਹੁਣ ਅਸੀਂ ਦੱਸ ਨਹੀਂ ਸਕਦੇ ਜੀ, ਮਹਾਰਾਜ ਦੇ ਕੁਲਾਂ ਦੇ ਸਾਗ ਅੱਜ ਤੱਕ ਪਹਿਲਾਂ ਵੀ ਚੱਲਦਾ ਰਿਹਾ ਜੀ, ਹੁਣ ਵੀ ਅੱਗੇ ਵਾਸਤੇ ਇਹ ਤਾਂ ਗੁਰੂ ਨਾਨਕ ਦੇ ਘਰ ਦੀ ਦਾਤ ਹੈ ਜੀ, ਇਹ ਤਾਂ ਮਤਲਬ ਚੱਲਦੀ ਹੋ ਰਹਿਣੀ ਜੀ ਅਸੀਂ। ਸਰਬਲੋਹ ਦੇ ਬਰਤਨ ਜਿਵੇਂ ਹੈ ਨਾ, ਵੀ ਬਹੁਤ ਘੱਟ ਲੋਕ ਨੇ ਜਿਹੜੇ ਵਰਤਦੇ ਨੇ ਹੈ ਨਾ, ਅਤੇ ਬਿਮਾਰੀਆਂ ਤੋਂ ਵੀ ਹੁਣ ਦੁਬਾਰਾ ਫੇਰ ਇਹਨਾਂ ਵੱਲ ਆ ਰਹੇ ਆ, ਮੈਨੂੰ ਲੱਗਦਾ ਵੀ ਪਹਿਲਾਂ ਵਿੱਚ ਦੀ ਜਿਹੜੇ ਦੂਸਰੇ ਸਟੀਲ ਦੇ ਦੂਸਰੇ ਭਾਂਡੇ ਚੱਲ ਪਏ ਸੀਗੇ, ਅਤੇ ਉਹਦੇ ਨਾਲ ਮੈਨੂੰ ਲੱਗਦਾ ਵੀ ਜ਼ਿਆਦਾਤਰ ਬਿਮਾਰੀਆਂ ਜਿਹੜੀਆਂ ਜਾਂ ਜਿੰਨਾ ਉਹ
ਸਾਡੀਆਂ ਸਰੀਰ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਖਰਾਬ ਕਰਦੇ ਨੇ ਦੂਸਰੇ ਬਰਤਨ ਹੈ ਨਾ, ਅਤੇ ਸਰਬਲੋ ਦੇ ਜਿਹੜੇ ਭਾਂਡੇ ਨੇ ਇਹਨਾਂ ਦੇ ਤੁਸੀਂ ਮਤਲਬ ਫਾਇਦੇ ਕੀ ਕਹਿੰਦੇ ਹੋ ਵੀ ਕੀ ਕੁਛ ਕੀ ਕਿਹੜੇ ਕਿਹੜੇ ਫਾਇਦੇ ਹੁੰਦੇ? ਦੇਖੋ ਫਾਇਦੇ ਤਾਂ ਇਹ ਜੀ ਬਹੁਤ ਬੇਅੰਤ ਫਾਇਦੇ ਹੁੰਦੇ ਇਹਦੇ 'ਚ ਸਰੀਰ ਨੂੰ ਸਭ ਤੋਂ ਵੱਧ ਇਹ ਲਾਭਦਾਇਕ ਹੈ ਜੀ ਬਰਤਨ ਜਿਹੜਾ ਬਣਾਉਂਦੇ ਜੀ ਇਹ ਸਿੱਖ ਪੰਥ ਵਿੱਚ ਤਾਂ ਹੀ ਪ੍ਰਚਲਿਤ ਹੈ ਇਹਦੀ ਪਵਿੱਤਰਤਾ ਵੀ ਮਤਲਬ ਜੇ ਆਪਾਂ ਰੇਤੇ ਕਹਿੰਦੇ ਮਾਂਜਦੇ ਹਾਂ ਇਹ ਤਾਂ ਹੀ ਮਤਲਬ ਸਾਫ਼ ਹੁੰਦਾ ਜੀ ਇਹ। ਬਾਕੀ ਜੇ ਜਿਵੇਂ ਵਰਤਦਾ ਬੰਦਾ ਉਹਦਾ ਸਫਾਈ ਕਰ ਸਕਦਾ ਜੀ ਕਰੀ ਜਾਂਦਾ ਜੀ। ਜਿਹੜਾ ਇਹ ਬਰਤਨ ਤਾਂ ਦੇਖੋ ਬਹੁਤ ਤਰ੍ਹਾਂ ਦੇ ਪਏ ਆ ਜੀ, ਜਿਹੜਾ ਇਹ ਲੋਹੇ ਦਾ ਬਰਤਨ ਬਣਾਉਂਦੇ ਹਾਂ ਅਸੀਂ ਇਹ ਮਤਲਬ ਸਭ ਤੋਂ ਪਹਿਲਾਂ ਸਿੱਖ ਪੰਥ ਹੀ ਪ੍ਰਚਲਿਤ ਹੋਇਆ ਜੀ ਇਹ, ਮਤਲਬ ਦਸੇ ਪਾਤਸ਼ਾਹ ਨੇ ਵਰਤੇ, ਸੱਤੀ ਪਾਤਸ਼ਾਹ ਨੇ ਵਰਤਿਆ ਜੀ ਉਸ ਟਾਈਮ ਤੋਂ। ਅੱਜ ਵੀ ਕਿਸੇ ਬੰਦੀਆਂ ਵਿੱਚ ਤੁਸੀਂ ਜਾ ਕੇ ਦੇਖੋ ਜੀ ਉੱਥੇ ਮਤਲਬ ਸਾਰੇ ਸਰਬਲੋ ਦੇ ਬਰਤਨ ਮਿਲਣਗੇ ਮਤਲਬ ਕਿਸੇਦਾਰਾਂ ਕੋਲ ਜੀ, ਜਿਵੇਂ ਬੁੱਢਾ ਦਲ ਵਾਲੇ ਹੋ ਗਏ ਜੀ, ਕਿਸਾਨ ਵਾਲੇ ਸਾਰੇ ਜਿੰਨੇ ਜਥੇ ਬੰਦੀਆਂ ਜੀ ਤਰਨਾ ਦਲ ਵਾਲੇ ਬਾਬੇ ਵਿਕਾਰ ਵਾਲੇ ਸਾਰੇ ਪਈ ਇਹ ਸਰਬਲੋ ਦੇ ਬਰਤਨ ਨੇ ਜੀ, ਸਾਰੇ ਬਰਤਨ ਜੀ ਇਹ। ਮਤਲਬ ਜਿਹੜੇ ਆਪਾਂ ਕਹੀਏ ਹੁਣ ਇਹ ਹੱਥੀਂ ਦਸਤਕਾਰੀ ਦਾ ਕੰਮ ਹੈ ਜੀ ਇਹ, ਮਤਲਬ ਇੰਨੇ ਮਤਲਬ ਪੂਰੇ ਆਲ ਵਰਲਡ ਵਿੱਚ ਆਪਾਂ ਮਤਲਬ ਪ੍ਰਾਪਤ ਨਹੀਂ ਕਰ ਸਕਦਾ, ਮਹਿੰਗਾ ਵੀ ਚਲੋ ਹੈ ਜਿਹੜਾ ਹੈ ਵੀ ਹੁਣ ਜਿਹੜਾ ਹਰੇਕ ਬੰਦੇ ਦੇ ਇਹ ਰੁਜ਼ਗਾਰ ਹੈ ਜੀ ਆਪਣਾ, ਸਟੀਲ ਦੇ ਹੀ ਬਣਦੇ ਜੀ, ਪਿੱਤਲ ਦੇ ਪਹਿਲਾਂ ਬਣਦੇ ਤੇ ਜੀ। ਹਾਂ ਜੀ, ਬਾਕੀ ਜਿਹੜੀ ਬਿਮਾਰੀ ਆ ਉਹ ਇਨਸਾਨ ਦੇ ਆਪਣੇ ਹੱਥ ਮੈਂ ਜੀ ਥੋੜ੍ਹੇ ਜਿਹੇ, ਜੇ ਆਪਾਂ ਬਰਤਨ ਨੂੰ ਕਿਸੇ ਨੂੰ ਵੀ ਸਵਾਰ ਕੇ ਮਾਂਜ ਕੇ ਸਵਾਸ ਦਿੱਤੇ ਵਰਤੋਂਗੇ ਉਹ ਫਾਇਦਾ ਹੀ ਕਰਦਾ ਜੀ, ਇਹਦੇ ਵਿੱਚ ਤਾਂ ਆਇਰਨ ਵੀ ਆਪਣੀ ਘਾਟ ਪੂਰੀ ਹੁੰਦੀ ਹੈ ਜੀ। ਹਾਂਜੀ ਹਾਂ, ਸਰੀਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆਇਰਨ ਦੀ ਕਮੀ ਦੇ ਨਾਲ ਆਉਂਦੀਆਂ, ਅਤੇ ਇਹ ਬਰਤਨ ਨੇ ਜਿਹੜੇ ਉਹ ਸਾਡੀ ਆਇਰਨ ਦੀ ਡੈਫੀਸ਼ੈਂਸੀ ਨੂੰ ਵੀ ਪੂਰਾ ਕਰਦੇ ਆ, ਅਤੇ ਸਾਡੇ ਇਤਿਹਾਸ ਦੇ ਵਿੱਚ ਜਿਹੜਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਸਰਬਲੋਹ ਦੇ ਭਾਂਡਿਆਂ ਦਾ ਇੱਕ ਬਹੁਤ ਜਿਹੜਾ ਖਾਸ ਅਹਿਮ ਸਥਾਨ ਹੈਗਾ ਆ। ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ? ਦੇਖੋ ਸਮਾਂ ਤਾਂ ਹੀ ਹੈ, ਯੁਗਾਂ ਤੋਂ ਹੀ ਮਿਸਤਰੀ ਕੰਮ ਕਰਦੇ ਹੀ, ਅਤੇ ਜਿਵੇਂ ਸਿੱਖ ਪੰਥ ਵੀ ਸ਼ੁਰੂ ਹੋਇਆ ਜੀ ਉਸੇ ਟਾਈਮ ਤੋਂ ਹੀ ਚੱਲਦੇ ਆ ਰਹੇ ਹਾਂ ਜੀ। ਹਾਂਜੀ, ਅਤੇ ਜਿਹੜੇ ਮੈਨੂੰ ਲੱਗਦਾ ਵੀ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਨੇ, ਬਾਹਰ ਲੋਕ ਰਹਿੰਦੇ ਨੇ, ਉਹਨਾਂ ਦੇ ਵਿੱਚ ਵੀ ਉਹ ਸਿੱਖੀ ਨਾਲ ਉਹ ਵੀ ਬਹੁਤ ਚੰਗੇ ਤਰੀਕੇ ਨਾਲ ਮੈਨੂੰ ਲੱਗਦਾ ਇੱਧਰਲੇ ਵੱਧ ਲੋਕ ਇੱਧਰਲੇ ਲੋਕਾਂ ਨਾਲੋਂ ਵੱਧ ਜੁੜੇ ਹੋਏ ਨੇ, ਅਤੇ ਉੱਧਰ ਵੀ ਇਹ ਮਤਲਬ ਆਰਡਰ ਵਗੈਰਾ 'ਤੇ ਵੀ ਭੇਜਦੇ ਹੋ ਤੁਸੀਂ? ਦੇਖੋ ਇਹ ਆਰਡਰ ਜਿਵੇਂ ਕੋਈ ਜਿਹਨੂੰ ਲੋੜ ਹੈ ਮਤਲਬ ਆਪਾਂ ਉੱਦਾਂ ਲੈ ਜਾਂਦੇ ਜੀ, ਜਿੰਨੀ ਲੋੜ ਹੁੰਦੀ ਹੈ ਜੀ ਬਰਤਨ। ਜਿਹੜਾ ਇਹ ਜਿਹੜਾ ਬਰਤਨ ਦਾ ਉਤਸ਼ਾਹ ਰੱਖਦੇ ਵੀ ਮੈਂ ਇਹ ਬਰਤਨ ਸਰਬਲੋਹ ਦਾ ਬਰਤਨ ਹੈ ਜੀ ਉਹ ਹੀ ਲਿਆਉਂਦਾ ਜੀ, ਉੱਦਾਂ ਦਾ ਇਹ ਮਤਲਬ ਹਾਂਜੀ ਅਸੀਂ ਨਾ ਬਹੁਤਾ ਪ੍ਰਚਾਰ ਵੀ ਨਹੀਂ ਕਰਦੇ ਅਸੀਂ ਤਾਂ ਬਣਾਉਂਦੇ ਸਿੱਖ ਪੰਥ ਦੇ ਹਿਸਾਬ ਕਰਦੇ ਉਹਨਾਂ ਕੋਲ 'ਚ ਪ੍ਰਚਾਰ ਹੁੰਦਾ ਜਾਂਦਾ ਜੀ, ਉਹਨਾਂ ਨੂੰ ਦੇਖ ਕੇ ਲੋਕ ਫਿਰ ਗਾਹਾਂ ਪੁੱਛਦੇ ਕਿੱਥੇ ਦੇ ਬਣਾਇਆ ਜੀ, ਫਿਰ ਗਾਹਾਂ ਦੇ ਗਾਹਾਂ ਪਹੁੰਚਦੇ ਸਾਡੇ ਕੋਲ ਜੀ। ਭਾਂਡੇ ਤਾਂ ਹੋਰ ਵੀ ਜਗ੍ਹਾ 'ਤੇ ਇਹ ਬਣਾਉਂਦੇ ਹੋਣਗੇ, ਇਹ ਘੜੂਆਂ ਪਿੰਡ ਦਾ ਇਤਿਹਾਸ ਕਰਕੇ ਜ਼ਿਆਦਾ ਇਹ ਪ੍ਰਸਿੱਧ ਹੈ, ਜਾਂ ਮਤਲਬ ਇੱਥੇ ਦੀ ਜਿਹੜੀ ਦਸਤਕਾਰੀ ਹੈ ਇੱਥੋਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ, ਜਾਂ ਜਿਵੇਂ ਸੱਤਵੀਂ ਪਾਤਸ਼ਾਹੀ ਦਾ ਇਸ ਪਿੰਡ ਨੂੰ ਵਰਦਾਨ ਆ ਇਸ ਕਰਕੇ ਇੱਥੋਂ ਦੇ ਭਾਂਡੇ ਹੀ ਜ਼ਿਆਦਾ ਵਰਤੇ ਜਾਂਦੇ ਆ? ਇਹ ਦੇਖੋ ਜੀ ਜਿਹੜੀ ਗੁਰੂ ਨਾਨਕ ਦੇ ਘਰ ਵਿੱਚ ਜਿਹੜੀ ਕਹਿਤੀ ਉਹਨਾਂ ਨੇ ਦਸਵੀਂ ਪਾਤਸ਼ਾਹ ਨੇ ਸੱਤਵੀਂ ਪਾਤਸ਼ਾਹ ਨੇ ਚਾਹੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜੀ ਉਹ ਅਕਾਲ ਪੁਰਖ ਜੁੜੀਆਂ ਰੂਹਾਂ 'ਤੇ ਜੀ ਉਹ ਮਤਲਬ ਜਿਹੜੀ ਚੀਜ਼ ਆ ਉਹ ਜੁਗਾਂ ਤੱਕ ਚੱਲਦੀ ਰਹਿੰਦੀ ਜੀ ਉਹ। ਹਾਂਜੀ, ਸਾਡੇ ਪਹਿਲਾਂ ਬਜ਼ੁਰਗ ਵੀ ਕਰਦੇ ਰਹੇ ਜੀ, ਚਲੋ ਅਸੀਂ ਕਰਦੇ, ਗਾਹਾਂ ਨੂੰ ਵੀ ਕੋਈ ਨਾ ਕੋਈ ਕਰਦਾ ਰਹੂਗਾ ਜੀ, ਇਹੀ ਗੱਲ ਨਹੀਂ ਹੈ ਜੀ, ਇਹ ਉਹਨਾਂ ਦੇ ਹੁਣ ਆਪੇ ਉਹ ਪੈਦਾ ਕਰਦੇ ਜੋ ਕੁਛ ਹੁੰਦਾ ਜੀ ਗੱਲਾਂ ਜੀ। ਮੈਂ ਮਿਹਨਤ ਕਰਕੇ ਬੰਦਾ ਤਾਂ ਕਹਿੰਦਾ ਵੀ ਜ਼ਿਆਦਾ ਮਿਹਨਤ ਬਹੁਤ ਪੈਂਦੀ ਹੈ ਵੀ ਬੜਾ ਔਖਾ ਕੰਮ ਲੱਗਦਾ ਜੀ, ਪਰ ਕਰਨਾ ਕੀ ਉਹਦੇ ਕਰਕੇ ਆਪੇ ਬਲ ਸ਼ਕਤੀ ਜੋ ਉਹੀ ਪਾਉਂਦੇ ਜੀ। ਅਤੇ ਰੁਜ਼ਗਾਰ ਦੇ ਤੌਰ 'ਤੇ ਜੇ ਮੈਂ ਪੁੱਛਾਂ ਵੀ ਰੁਜ਼ਗਾਰ ਦੇ ਤੌਰ 'ਤੇ ਤੁਹਾਡਾ ਵਧੀਆ ਰੁਜ਼ਗਾਰ ਚੱਲ ਰਿਹਾ ਇਹਨਾਂ ਦੇ ਨਾਲ? ਦੇਖੋ ਰੁਜ਼ਗਾਰ ਤਾਂ ਹੁਣ ਹੈਗੀ ਹੈ, ਰੁਜ਼ਗਾਰ ਵੀ ਉਹਨਾਂ ਨੇ ਬਖਸ਼ਿਆ ਹੋਇਆ ਜੀ ਇਹ। ਹਾਂਜੀ, ਉਹਨਾਂ ਦੇ ਘਰ 'ਤੇ ਕਿਰਤ ਮਿਲੀ ਹੋਈ ਹੈ ਜੀ ਇਹ, ਉਹਨਾਂ ਨੇ ਕਿਹਾ ਕਿਰਤ ਕਰੋ ਵੰਡ ਸਕੋ ਜੀ, ਪਹਿਲੇ ਸਿੱਖ ਦਾ ਸਿੱਖੀ ਧਰਮ ਦਾ ਸਕੂਲ ਹੈ ਜੀ। ਹਾਂਜੀ, ਅਤੇ ਕਿਹੜੇ ਕਿਹੜੇ ਭਾਂਡੇ ਨੇ ਤੁਸੀਂ ਇੱਥੇ ਜਿਹੜੇ ਆਪਣੇ ਹੱਥੀਂ ਤਿਆਰ ਕਰਦੇ ਹੋ, ਜਿਵੇਂ ਆਹ ਸਰਬਲੋਹ ਦੇ ਬਾਟੇ ਅਸੀਂ ਦੇਖ ਰਹੇ ਹਾਂ, ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਭਾਂਡੇ ਬਣਾਉਂਦੇ ਹੋ? ਗੱਲ ਇੱਦਾਂ ਨਾ ਵੀ ਸਭ ਤੋਂ ਪਹਿਲਾਂ ਤਾਂ ਜੀ ਗੜਬਰ ਬਾਟਾ ਹੀ ਬਣਿਆ ਜੀ ਇਹ, ਗੜਬਰ ਸੱਤੇ ਪਾਤਸ਼ਾਹ ਜੀ ਨੇ ਮਤਲਬ ਬਣਵਾਇਆ ਜੀ, ਦਸੇ ਪਾਤਸ਼ਾਹ ਨੇ ਖੰਡਾ ਬਾਟਾ ਬਣਵਾਇਆ ਜੀ ਸਭ ਤੋਂ ਪਹਿਲਾਂ ਜੀ। ਉਸ ਤੋਂ ਬਾਅਦ ਜਿਹੇ ਜੀ ਸਿੱਖ ਪੰਥ ਵਿੱਚ ਡਿਮਾਂਡ ਪੈ ਜੀ ਪੜਾਤ ਕੜਛੀ ਥਾਲੀਆਂ ਜਿਹੇ ਜਿਹੇ ਵੀ ਲੋੜ ਵੀ ਰੱਖਦੇ ਆ ਬੰਦੇ ਉਹ ਉਹ ਜੀ ਬਣਾਉਂਦੇ ਜੀ, ਜਿਵੇਂ ਉਹ ਗਾਗਰ ਪਈ ਹੈ ਜੀ ਉਹ ਉਸ ਟਾਈਮ ਪਾਣੀ ਕੱਢਣ ਖੂਹਾਂ 'ਚ ਲਿਆਉਣਾ ਬੜਾ ਮਿੱਟੀ 'ਤੇ ਕਹਿੰਦੇ ਔਖੇ ਲੱਗਦੇ, ਫਿਰ ਉਹਦੇ ਇਹ ਚੀਜ਼ਾਂ ਤਿਆਰ ਕਰਵਾਈ ਜੀ ਗਾਹਾਂ ਦੇ ਗਾਹਾਂ ਦੇਖ ਕੇ ਮੈਂ ਉੱਦਾਂ ਵੀ ਬਹੁਤ ਬਣਾਉਂਦੇ ਹਾਂ, ਪਰ ਜਿਹੜਾ ਗੁਰੂ ਨਾਨਕ ਦੇ ਘਰ ਜਿਹਨਾਂ ਨੇ ਮਕਸਦ ਕਰਤੀ ਜੀ ਉਹ ਮਤਲਬ ਇੱਥੇ ਕਦੇ ਉਹ ਨਹੀਂ ਹੋ ਸਕਦਾ ਜੀ, ਕਾਮਯਾਬ ਰਹਿੰਦੇ ਜੀ। ਇਹ ਜਿਹੜੀ ਇਹ ਗਾਗਰ ਅਸੀਂ ਦੇਖ ਰਹੇ ਹਾਂ ਸਾਡੇ ਸਾਹਮਣੇ ਪਈ ਆ, ਇਹਦਾ ਥੋੜ੍ਹਾ ਜਿਹਾ ਇਤਿਹਾਸ ਦੱਸੋ ਵੀ ਕਿੰਨੀ ਪੁਰਾਣੀ ਹੈ ਅਤੇ ਕਦੋਂ ਦੀ ਹੈ? ਇਹ ਜਿਹੜੀ ਗਾਗਰ ਹੈ ਜੀ ਇਹ ਸਾਡੇ ਮਤਲਬ ਤਾਏ ਨੇ ਬਣਾਈ ਹੋਈ ਹੈ ਜੀ ਇਹ।
हाँ जी उन्होंने तो मकान अभी लिया था जी वो मतलब वो सू मिली है गागर उन्होंने हाथी बनाई हुई है तो अज भी दर्शन कर सकते छोटे छोटे पीसा जोड़ के बनाई हुई है किला अंगल कोई मतलब मशीनरी नहीं वरती हुई सब दस्तकारी की वो है जी। हाँ जी जिहड़े दूसरे भांडे हुंदे ने हना आपां उहनां नूं जिहड़े सर्फ हो गई या जिहड़े साबणां हुंदियां उहनां ने मांजदे आ ते मैनूं लगदा अद्धियां चीज़ां अद्धियां बीमारियां जां उही सानूं नुकसान करदियां क्योंकि उह वी कैमिकल हुंदे आ इहनां नूं मिट्टी दे नाल ही साफ कीता जांदा। हाँ जी देखो जी इह जिहड़ा लोहे दा बर्तन है जी इहनूं रेते के साफ करोगे फिर तां सब तों वधिया जी बाकी जिवें तुसीं कर सकदे आ इहनूं मतलब सुका के रखो बर्तन नूं जी सफाई बिल्कुल साफ करके फिर इहनूं वरतो जी। ਜਿਹੜੇ ਤੁਸੀਂ ਗੱਲ ਕਰਦੇ ਸਾਬਣ ਸਰਫ ਜੇ ਆਪਣੀ ਮਤਲਬ ਸਿਹਤ ਠੀਕ ਹੈ ਜੀ ਫਿਰ ਤਾਂ ਬੰਦਾ ਚਾਹੇ ਉਹ ਵੀ ਜ਼ਹਿਰ ਵੀ ਖਾ ਲਏ ਉਹ ਵੀ ਮਤਲਬ ਬੰਦਾ ਸਰੀਰ ਸੰਭਾਲ ਲੈਂਦਾ ਜੀ ਜੇ ਆਪਣੀ ਸਿਹਤ ਠੀਕ ਹੈ ਜੇ ਮਤਲਬ ਸਿਹਤ ਪਾਚਨ ਕਿਤੇ ਜੀ ਆਪਣੀ ਉਹ ਹੈ ਜੀ ਚਾਹੇ ਬੰਦਾ ਪ੍ਰਸ਼ਾਦਾ ਸ਼ਕਲ ਪਏ ਉਹਨੇ ਵੀ ਸਹੀ ਚੀਜ਼ ਨਹੀਂ ਬਣਾਉਣੀ ਜੀ ਅੰਦਰ ਉਹਨੇ ਵੀ ਬਿਮਾਰੀਆਂ ਲਾਉਣੀਆਂ ਜੀ। ਤੁਸੀਂ ਆਪ ਘਰ ਵਰਤ ਇਹੀ ਵਰਤਦੇ ਹੋ ਇਹ ਵਾਲੇ? ਹਾਂ ਜੀ ਇਹੀ ਵਰਤਦੇ ਸੀ ਜੀ ਆਪ ਜੀ। ਹਾਂਜੀ ਮੈਂ ਸਾਡੇ ਕੋਲ ਰਹਿੰਦੇ ਬਹੁਤ ਘੱਟ ਹੈ ਜੀ ਉੱਦਾਂ ਕੋਈ ਨਾ ਕੋਈ ਪਸੰਦ ਆ ਜਾਂਦਾ ਜੀ ਸਾਫ ਚਮਕਿਆ ਹੋਇਆ ਜੀ ਅਲੱਗ ਕਹਿੰਦਾ ਸਾਨੂੰ ਇਹੋ ਜਿਹਾ ਤੁਸੀਂ ਹੋਰ ਬਣਾ ਲਿਓ ਸਾਡੇ ਕੋਲ ਫਿਰ ਬਹੁਤ ਦੇਰ ਬਾਅਦ ਚੀਜ਼ ਬਣਾਉਣੀ ਪੈਂਦੀ ਜੀ ਕਈ ਵਾਰ ਹੱਥੀਂ ਬਣਾਉਣ ਕਰਕੇ ਆਪ ਹੀ ਸਾਨੂੰ ਦੂਜੇ ਭਾਂਡੇ ਖਾਣਾ ਪੈਂਦਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਗੱਲ ਕਰਨ ਦੇ ਲਈ ਧੰਨਵਾਦ। ਮੇਰੇ ਹੱਥ ਦੇ ਵਿੱਚ ਚਮਚੇ ਫੜੇ ਹੋਏ ਨੇ ਇੱਕ ਕਾਂਟਾ ਜਿਹਨੂੰ ਆਪਾਂ ਫੋਕ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ ਅਤੇ ਇੱਕ ਕੜਛੀ ਆ ਛੋਟੀ ਜੀ ਇਹ ਵੀ ਇਹ ਹੱਥੀਂ ਬਣੇ ਹੋਏ ਨੇ ਔਰ ਬੜੇ ਕਮਾਲ ਦੀ ਗੱਲ ਹੈ ਕਿ ਸਰਬ ਲੋਹ ਦੇ ਨੇ ਇਹ ਸਾਰਾ ਕੁਛ ਇਹ ਇਹਦੇ ਬਾਰੇ ਦੱਸੋਗੇ ਸਾਨੂੰ? ਇਹ ਬਾਰੇ ਦੇਖੋ ਜੀ ਜਿਹੜਾ ਚਮਚੇ ਕੜਛੇ ਵਗੈਰਾ ਤਾਂ ਸਾਡੀ ਸੋਚੀ ਤਾਂ ਪਹਿਲਾਂ ਹੀ ਬਣਦੇ ਆ ਰਹੇ ਜੀ ਇਹ ਸਰਬ ਲੋਹ ਦੇ ਜੀ ਸਾਡੇ ਮਤਲਬ ਬਜ਼ੁਰਗ ਹੀ ਬਣਾਉਂਦੇ ਹੁੰਦੇ ਤੇ ਜੀ ਇਹ ਜਿਹੜਾ ਕਾਂਟਾ ਜੀ ਇਹ ਮਤਲਬ ਜਿਵੇਂ ਮੈਂ ਸੇਲ ਕਰਨ ਗਿਆ ਸੀ ਭਾਂਡੇ ਜੀ ਕਿਤੇ ਜਲੰਧਰ ਪ੍ਰੋਗਰਾਮ ਭਾਜੀ ਖੰਡਕੀ ਦੀ ਕਿਸੇ ਦਾ ਪ੍ਰੋਗਰਾਮ ਤਾ ਜੀ ਗੁਰਪੁਰ ਗੁਰੂ ਨਾਨਕ ਦੇਵ ਜੀ ਦੇ ਬਹੁਤ ਪੁਰਾਣੀ ਗੱਲ ਹੈ ਜੀ ਹੁਣ ਕੋਈ 15-20 ਸਾਲ ਹੋ ਗਏ ਜੀ ਉਹ ਸਿੰਘ ਆਏ ਕਹਿੰਦੇ ਵੀ ਸਟੀਲ ਦਾ ਲਿਆ ਜੀ ਆ ਜਿਹੜਾ ਕਾਂਟਾ ਜੀ ਇਹ ਕਹਿੰਦੇ ਵੀ ਸਾਨੂੰ ਇਹਦੇ ਨਾਲ ਸਰਬ ਲੋਹ ਚਾਹੀਦਾ ਮੈਂ ਦੇਖੋ ਬਣਾ ਦੂੰਗਾ ਮਹਿੰਗਾ ਬਹੁਤ ਪਊਗਾ ਜੀ ਇਹ ਤੁਹਾਨੂੰ ਵੀ 10-15 ਰੁਪਏ ਤੁਹਾਨੂੰ ਮਤਲਬ ਸਟੀਲ ਦਾ ਮਿਲ ਜਾਣਾ ਬਾਜ਼ਾਰ ਤੋਂ ਜੀ ਉਹ ਕਹਿੰਦੇ ਵੀ ਸਟੀਲ ਦਾ ਅਸੀਂ ਵਰਤਣੀ ਹੈ ਨਹੀਂ ਵਰਤੀ ਸਾਰੀ ਸਰਬ ਲੋਹ ਦੀ ਮਰਿਆਦਾ ਪੰਥ ਵੀ ਸਾਡੀ ਦੱਸੀ ਵੀ ਹੈ ਕਹਿੰਦੇ ਵੀ ਸਾਰਾ ਸਰਬ ਲੋਹ ਦੀ ਵਰਤਣੇ ਵਰਤਣ ਜੀ ਉਹ ਕਹਿੰਦੇ ਮਾਪਾ ਜੀ ਤੁਸੀਂ ਇੰਨੀ ਡਿਮਾਂਡ ਕਰਦੇ ਫਿਰ ਬਣਾ ਦੂੰਗੇ ਫਿਰ ਉਸੇ ਟਾਈਮ ਤੋਂ ਮਤਲਬ ਇਹ ਜਾਣੀ 15-20 ਪੀਸ ਹਰੇਕ ਬੰਦਾ ਡਿਮਾਂਡ ਆਰਡਰ ਦੇ ਨਾਲ ਆਉਂਦੇ ਆਉਂਦੇ ਸਾਡੇ ਕੋਲ ਜੀ ਪਾਉਣੇ ਪੈਂਦੇ ਹਾਂ ਜੀ। ਹਾਂਜੀ ਹਾਂ ਕਿੰਨੀ ਕੋਸਟ ਪੈ ਜਾਂਦੀ ਇਹਦੀ ਕਿੰਨੇ ਦਾ ਬਣਦਾ? 150 ਰੁਪਏ ਦਾ ਪੀਸ ਪੈਂਦਾ ਜੀ ਹੱਥ। ਇਹ ਜਿਹੜਾ ਇੱਕ ਫੋਕ ਆ ਇੱਕ ਕਾਂਟਾ ਇਹ ਸਰਬ ਲੋਹ ਦਾ ਬਣਿਆ ਹੋਇਆ ਹੱਥੀਂ ਬਣਿਆ ਹੋਇਆ ਅਤੇ ਇਹਦੀ ਡਿਮਾਂਡ ਦੱਸ ਰਹੇ ਨੇ ਅੰਕਲ ਕਿ ਸਪੈਸ਼ਲ ਆਰਡਰ 'ਤੇ ਲੋਕ ਇਹਨਾਂ ਦੀ ਡਿਮਾਂਡ ਕਰਦੇ ਆ ਅਤੇ ਇੱਕ ਪੀਸ ਜਿਹੜਾ ਇਹਦੀ ਕੋਸਟ 150 ਰੁਪਏ ਆ 150 ਰੁਪਏ ਦੇ ਵਿੱਚ ਇਹ ਇੱਕ ਫੋਕ ਹੈ ਜਿਹੜਾ ਇਹ ਆਉਂਦਾ। ਹਾਂਜੀ ਇਹ ਫਿਰ ਇੱਦਾਂ ਨਾ ਜਿਵੇਂ ਇਹ ਮਤਲਬ ਜਿਹੜਾ ਪੀਸ ਹੈ ਜੇ ਪੂਰੇ ਫਾਈਨਲ ਕਰਨਾ ਇਹ 5-4 ਪੀਸ ਅਸੀਂ ਤਿਆਰ ਇੱਕ ਬੰਦਾ ਕਰ ਸਕਦੇ ਦਿਹਾੜੀ ਵਿੱਚ ਇਹ ਇਹਨੂੰ ਪਹਿਲਾਂ ਅਸੀਂ ਮਤਲਬ ਹੱਥੀਂ ਉਹ ਮਤਲਬ ਲੋਹੇ ਦੀ ਸ਼ੀਟ ਪਰ ਨਾ ਮਤਲਬ ਇਹਦੀ ਨਕਸ਼ਾ ਬਣਾ ਕੇ ਫਿਰ ਸ਼ੈਨੀਕਿਆਂ ਨੂੰ ਕਟਿੰਗ ਕਰਦੇ ਜੀ ਸ਼ੈਨੀਆਂ ਕਟਿੰਗ ਇਹ ਵੀ ਮਤਲਬ ਤਾਂ ਸ਼ੈਨੀ ਕਟਿੰਗ ਕਰਕੇ ਸਾਰੀ ਫਿਨਿਸ਼ਿੰਗ ਪੂਰਾ ਤਿਆਰ ਇਹਨੇ ਮਤਲਬ ਇੱਕ ਦਿਹਾੜੀ ਲੈਂਦੇ 5 ਪੀਸ ਜੀ ਇਹ। ਹਾਂਜੀ ਬਹੁਤ ਮਿਹਨਤ ਵਾਲਾ ਕੰਮ ਹੈ ਵੈਸੇ ਤਾਂ ਇੱਕ ਦਿਨ ਦੇ ਵਿੱਚ 5 ਪੀਸ ਹੀ ਤਿਆਰ ਹੁੰਦੇ ਨੇ। ਇੱਕੋ ਦਿਨ ਤੋਂ